ਕਿਹੜਾ ਪਿੰਡ ਜੀ ਛੱਠਾ ਜੀ ਕੀ ਗੱਲ ਹੋਈ ਜਿਹੜੀ ਤੁਸੀਂ ਰਾਤੀ ਕਹਿੰਦੇ ਰਾਤੀ ਭਾਜੀ ਅਸੀਂ ਰੋਟੀ ਪਾਣੀ ਖਾ ਕੇ ਆਪਣੇ ਘਰ ਲੰਮੇ ਪਏ ਆ ਇਹ ਬਾਹਰ ਕਿਤੇ ਲੜੇ ਆ ਮੁੰਡਾ ਇਹਦੇ ਨਾਲ ਲੜਿਆ ਨਿੰਦਰ ਸਿੰਘ ਉਹ ਲੜਿਆ ਆ ਤੇ ਇਹ ਆਪਣਾ ਭੱਜ ਕੇ ਘਰ ਨੂੰ ਆ ਗਿਆ ਕਿਤੇ ਮੁੰਡਾ ਉਹ ਸਾਡੇ ਨੂੰ ਤੇ ਭੱਜ ਕੇ ਘਰ ਨੂੰ ਆ ਗਿਆ ਆ ਤੇ ਉਹ ਇੱਧਰ ਸਾਡੇ ਅੰਦਰ ਵੜਿਆ ਤੇ ਇਹ ਇੱਧਰੋਂ ਬੰਦੇ ਲੈ ਕੇ ਸਾਨੂੰ ਆਣ ਕੇ ਪੈ ਗਏ ਸਾਨੂੰ ਕੁੱਟ ਮਾਰ ਇਹਨਾਂ ਭਾਜੀ ਬਹੁਤ ਜ਼ਿਆਦਾ ਕੀਤੀ ਹੈ ਹਾਂਜੀ ਅਤੇ ਇਹਨਾਂ ਸੱਟਾਂ ਵੀ ਸਾਨੂੰ ਬਹੁਤ ਜ਼ਿਆਦੀਆਂ ਲਈਆਂ ਇਹਨਾਂ ਨੂੰ ਅਸੀਂ ਆਖਿਆ ਵੀ ਕੋਈ ਗੱਲ ਨਹੀਂ ਸਵੇਰੇ ਕਰ ਲਾਂਗੇ ਗੱਲਬਾਤ ਇਹਨਾਂ ਨੇ ਸਾਡੇ ਸੁਣੀਆਂ ਵੇਖ ਲਓ ਮੇਰੇ ਅੱਖਾਂ ਦੇ ਵੀ ਸੱਟਾਂ ਲੱਗੀਆਂ ਹੱਥ 'ਤੇ ਵੀ ਸਾਰੇ ਆ ਗੱਡੀ ਵੇਖ ਲਓ ਸਾਡੀ ਸਾਰੀ ਭੰਨੀ ਇਹਨਾਂ ਕਿਉਂਕਿ ਰੋੜਾ ਰੱਪੜ ਬੜਾ ਜ਼ਿਆਦਾ ਚਲਾਇਆ ਇਹਨਾਂ ਜੋ ਲੱਗੇ ਹਟੇ ਨਹੀਂ ਫਿਰ ਹਾਰ ਕੇ ਅਸੀਂ ਪੁਲਿਸ ਨੂੰ ਫੋਨ ਕੀਤਾ ਪੁਲਿਸ ਨੇ ਫਿਰ ਆਣ ਕੇ ਢਾਏ ਮਿਲੀ ਅਤੇ ਕਿੰਨੇ ਕੁ ਬੰਦੇ ਸੀ ਕੋਈ ਬੰਦੇ ਜੀ ਕੱਟ ਦੋ 25-30 ਬੰਦੇ ਜੀ ਅੱਛਾ ਕੋਈ ਹਥਿਆਰ ਵੀ ਹੈ ਕਿਸੇ ਨਾਲ ਆ ਛੋਟੇ ਸਾਟੇ ਸੀ ਜੀ ਨਾਲ ਅਤੇ ਕਿਰਪਾਨਾਂ ਸੀ ਜੀ ਨਾਲ ਰੋੜਾ ਰੱਪੜ ਬੜਾ ਚਲਾਇਆ ਹੈ ਅਸੀਂ ਇਹਨਾਂ ਨੂੰ ਫਿਰ ਅਸੀਂ ਹੁਣ ਕੀ ਕਰਦੇ ਭਾਅ ਜੀ ਤੁਸੀਂ ਸਿਆਣੇ ਕੀ ਮੰਗ ਕਰਦੇ ਜੀ ਤੁਸੀਂ ਹੁਣ ਮੰਗ ਇਹਨਾਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਭਾਅ ਜੀ ਸਜ਼ਾ ਜ਼ਰੂਰ ਚਾਹੀਦੀ ਇਹਨਾਂ ਨੂੰ ਮਿਲਣੀ ਪੁਲਿਸ ਆਈ ਮੌਕੇ 'ਤੇ ਰਾਤੀ ਹਾਂਜੀ ਆਈ ਪੁਲਿਸ ਮੌਕਾ ਵੇਖ ਕੇ ਗਈ ਕਿਹੜਾ ਥਾਣਾ ਪੈਂਦਾ ਥਾਣਾ ਜੀ ਲੁਕੋ ਵੀ ਬੜਾ ਨਾਲੇ ਗੱਲ ਕਰਨੀ ਮੂੰਹ ਦੇ ਨਾਲ ਕਰਦੇ ਹੱਥੀ ਪੈਣ ਦਾ ਤਾਂ ਮੈਂ ਕਦੀ ਕੋਠੇ ਚੜ੍ਹ ਕੇ ਨਾ ਦੱਕਣ ਦੇ ਜੇ ਮੁੰਡੇ ਆਏ ਆ ਤੇ ਤੁਸੀਂ ਆਪੇ ਉਹਨਾਂ ਨੂੰ ਜਾ ਕੇ ਜਿੱਥੋਂ ਸਾਡੇ ਘਰ ਦਾ ਇਹਨਾਂ ਦਾ ਮਤਲਬ ਹੀ ਕੋਈ ਨਹੀਂ ਕਿਹੜੇ ਪਿੰਡ ਜੀ ਪਿੰਡ ਠੱਠਾ ਆ ਕੀ ਗੱਲ ਹੋਈ ਜਿਹੜੀ ਤੁਹਾਡੇ ਵਾਰਦ ਕੋਈ ਭਾਈ ਅਸੀਂ ਆਪਣੇ ਘਰ ਸੁੱਤੇ ਸਾਨੂੰ ਪਤਾ ਨਹੀਂ ਕੋਈ ਹੈ ਨਾ ਮੁੰਡੇ ਬਾਹਰ ਲੜੇ ਸੀ ਨਿੰਦਰ ਸਿੰਘ ਲੜਿਆ ਉਹਨਾਂ ਨਾਲ ਫੋਨ ਤੇ ਗੱਲ ਡਿਆ ਸੀ ਕਰਨ ਤੇ ਖਲੋਤਾ ਵੀ ਆਪਣੇ ਬੂਹੇ ਗਾੜੀ ਉਹ ਕਹਿੰਦਾ ਤੂੰ ਇੱਥੇ ਕੀ ਡਿਆ ਕਰਨਾ ਅੱਛਾ ਇਹੋ ਗੱਲ ਉੱਥੋਂ ਬਾਈ ਹੋਏ ਆ ਤੇ ਬਾਹਰ ਸਾਡੇ ਘਰੇ ਆਣ ਕੇ ਗੱਲ ਪੈ ਗਏ ਹੈ ਹਾਂਜੀ ਕੌਣ ਗੱਲ ਪਏ ਕੌਣ ਨਿੰਦਰ ਸਿੰਘ ਨਹੀਂ ਹੈ ਸਾਰੇ ਪਏ ਗੱਲ ਆਣ ਕੇ ਕਿੰਨੇ ਕੁ ਜਾਣੇ ਇਹ ਹੈਗੇ ਸੀ 40-45 ਜਾਣੇ ਹੈਗੇ ਅੱਛਾ ਫਿਰ ਇਹਨਾਂ ਕੀ ਕੀਤਾ ਉਹਨਾਂ ਆਣ ਕੇ ਐਡਾ ਨੁਕਸਾਨ ਵਾਹਵਾ ਕੀਤਾ ਗੱਡੀ ਸਾਰੀ ਤੋੜਤੀ ਆ ਟੈਂਚੀ ਵੀ ਸਾਰੀ ਤੋੜਤੀ ਸੱਟਾਂ ਵੀ ਲੱਗੀਆਂ ਕਿਸੇ ਦੇ ਹਾਂਜੀ ਸੱਟਾਂ ਵੀ ਲੱਗੀਆਂ ਅੱਛਾ ਕਿੰਨੇ ਕੁ ਬੰਦੇ ਜ਼ਖਮੀ ਹੋਏ ਤੁਹਾਡੇ ਜ਼ਖਮੀ 4-5 ਹੋਏ ਜੀ ਅੱਛਾ ਅਤੇ ਕੋਈ ਪੁਲਿਸ ਨੂੰ ਦੱਸਿਆ ਤਾਂ ਹਾਂਜੀ ਹਾਂਜੀ ਦੱਸਿਆ ਪੁਲਿਸ ਨੂੰ ਪੁਲਿਸ ਆਈ ਮੌਕੇ 'ਤੇ ਰਾਤ ਹਾਂਜੀ ਆਈ ਤੇ ਕੀ ਕੀਤਾ ਪੁਲਿਸ ਨੇ ਮੁੜ ਕੇ ਪੁਲਿਸ ਮੌਕਾ ਵੇਖ ਕੇ ਬਾਹਰ ਚੱਲ ਗਏ ਹੁਣ ਕੀ ਮੰਗ ਕਰਦੇ ਜੀ ਤੁਸੀਂ ਮੰਗ ਇਹੋ ਮੈਂ ਡਰਾਈਵਰ ਬੰਦਾ ਜੋ ਹਰਜਾ ਹੋਇਆ ਅਤੇ ਉਹ ਭਰਨ ਮੇਰਾ ਹਾਂਜੀ ਨਾਲੇ ਸਜ਼ਾਨਾ ਦਿੱਤੀ ਜਾਵੇ ਮੇਰਾ ਨਾਂ ਸੁਮਿੱਤਰੀ ਜੋ ਕਿਹੜਾ ਪਿੰਡ ਜੀ ਪਿੰਡ ਛੱਠਾ ਜੋ ਇਹ ਕੀ ਗੱਲ ਹੋਈ ਜਿਹੜੀ ਤੁਸੀਂ ਕਹਿੰਦੇ ਰਾਤ ਇਹ ਗੱਲ ਹੋਈ ਜੋ ਸਾਡਾ ਹੈਗਾ ਆਪਣਾ ਹੀ ਇਤਰਾ ਮੁੰਡਾ ਉਹਨਾਂ ਦਾ ਘਰ ਉੱਧਰ ਜੋ ਤੇ ਉੱਥੇ ਲੜ ਪਏ ਆ ਤੇ ਲੜ ਪਏ ਤੇ ਉਹ ਭੱਜਾ ਜੀ ਭੈਣਾ ਇੱਧਰ ਆ ਗਿਆ ਉਹ ਮੁੜ ਕੇ ਲੰਘ ਗਿਆ ਜੋ ਇਹਨਾਂ ਸਾਡਾ ਗੇਟ ਖੋਲ੍ਹ ਕੇ ਸਾਡੇ ਆਣ ਗੱਲ ਪਏ ਆ ਇਹਨਾਂ ਇੱਟ ਰੋੜਾ ਬੜਾ ਚਲਾਇਆ ਡਾਂਗ ਸੋਟਾ ਵੀ ਬੜਾ ਚਲਾਇਆ ਸਾਡੀ ਵਹੁਟੀ ਆਵੇ ਉਹੋ ਜਿਹੀ ਆ ਇਹ ਮੰਜੀ 'ਤੇ ਬੈਠੀ ਆ ਇਹਦੇ ਲਾਗੇ ਆ ਗਏ ਆ ਇਹ ਸੋਟਾ ਲੱਗਿਆ ਮਰਨ ਮੈਂ ਗਾੜੀ ਹੋ ਗਈ ਆ ਮੇਰਾ ਝੱਗ ਕਮੀਜ ਪਾਟ ਗਿਆ ਨਾਲ ਮੇਰਾ ਸੱਟ ਲਾਈ ਆ ਮੇਰੇ ਦੋ ਬੇਟੇ ਆ ਉਹਨਾਂ ਨੂੰ ਵੀ ਸੱਟਾਂ ਲਾਈਆਂ ਇਹਨਾਂ ਇਹ ਕੌਣ ਸੀ ਜਿਹੜੇ ਸੀ ਇਹ ਹਾਂ ਨਿੰਦਰ ਸਿੰਘ ਆ ਉਹਦੇ ਨਾਲ ਦੋ ਤਿੰਨ ਮੁੰਡੇ ਆ ਇਹ ਨਾਲ ਫਿਰ ਆ ਸਾਰਾ ਉਹਨਾਂ ਦਾ ਪਰਿਵਾਰ ਆ ਸਾਰਾ ਹੀ ਕਿੰਨੇ ਕੁ ਜਾਣੇ ਹੋਣਗੇ ਇਹ ਹੈਗੇ ਆ 50-60 ਜਾਣੇ ਹੋਣੇ ਆ ਕਿਹੜੇ ਕਿਹੜੇ ਹਥਿਆਰ ਇਹਨਾਂ ਹਥਿਆਰ ਤੇ ਵਾਹ ਵਾਹ ਚੋਖੇ ਹਥਿਆਰ ਉਹਨਾਂ ਦਾ ਪਤਾ ਪਤਾ ਨਹੀਂ ਲੱਗਾ ਉਹ ਜੇ ਵਿੱਚ ਹਾਂ ਤੇ ਇਸ ਤੋਂ ਬਾਅਦ ਕੀ ਕੀਤਾ ਉਹਨਾਂ ਇਹ ਤੋਂ ਬਾਅਦ ਅਸੀਂ ਚੱਲ ਗਏ ਆ ਅਸੀਂ ਇੱਥੋਂ ਬੜੇ ਤਗੜੇ ਹੋ ਕੇ ਕੱਢੇ ਆ ਅਤੇ ਜਾ ਕੇ ਅਤੇ ਇਹਨਾਂ ਮੁੜ ਕੇ ਉੱਥੇ ਕੋਠਿਆਂ 'ਤੇ ਚੜ੍ਹ ਕੇ ਅਤੇ ਆਹ ਗੇਟ ਭੰਨਦੇ ਰਹੇ ਆ ਬੜਾ ਜ਼ਿਆਦਾ ਸਾਡੇ ਸਾਡਾ ਬੜਾ ਅਸੀਂ ਆਪਣਾ ਆਪ ਬਚਾ ਕੀ ਤੁਹਾਡਾ ਨੁਕਸਾਨ ਹੋਇਆ ਸਾਡਾ ਨੁਕਸਾਨ ਗੱਡੀ ਹਵੇ ਚੂਰੋ ਚੂਰ ਕਰ ਦਿੱਤੀ ਆ ਟੈਂਚੀ ਉਹ ਤੋੜਤੀ ਆ ਡੰਗਰ ਸਾਡੇ ਰੋੜੇ ਵੱਜਦੇ ਰਹੇ ਉਹ ਬੜੇ ਭੁੜਕਦੇ ਰਹੇ ਆ ਉਹ ਸੱਟ ਵੀ ਲੱਗੀ ਕਿਸੇ ਦੇ ਹਾਂਜੀ ਸੱਟਾਂ ਲੱਗੀਆਂ ਕਿਹਦੇ ਕਿਹਦੇ ਲੱਗੀ ਸੱਟਾਂ ਲੱਗੀਆਂ ਇੱਕ ਆਹ ਲੱਗੀ ਮੇਰੇ ਲੱਗੀ ਆ ਮੇਰੇ ਕੱਪੜੇ ਪਾਟੇ ਜੋ ਦੋ ਮੇਰੇ ਕਾਕਿਆਂ ਦੀ ਲੱਗੀ ਆ ਜਿਹੜੇ ਉੱਧਰ ਆ ਉਹ ਉਹਨਾਂ ਦੋ ਉਹਨਾਂ ਦੇ ਲੱਗੇ ਆ ਉਹਦੀ ਬਾਂਹ ਟੁੱਟੀ ਆ ਇੱਕ ਦੀ ਲੱਤ ਟੁੱਟੀ ਆ ਕੋਈ ਹਸਪਤਾਲ ਵੀ ਕਹੇ ਕਿ ਨਹੀਂ ਹਾਂਜੀ ਤੇ ਪੁਲਿਸ ਆਈ ਇੱਥੇ ਕਿ ਨਹੀਂ ਹਾਂਜੀ ਆਈ ਆ ਇਹਦੇ ਕੋਈ ਕੈਮਰੇ ਕੁਮਰੇ 'ਚ ਵੀ ਹੈਗੀਆਂ ਫੋਟੋਆਂ ਹਾਂਜੀ ਹਾਂਜੀ ਪੁਲਿਸ ਨੇ ਕੀ ਕੀਤਾ ਮੁੜ ਕੇ ਆਣ ਕੇ ਪੁਲਿਸ ਵੇਖ ਕੇ ਮੌਕਾ ਵੇਖ ਕੇ ਉਹਨਾਂ ਨੂੰ ਉਹ ਬਥੇਰੇ ਉਹਨਾਂ ਨੂੰ ਆਖਿਆ ਉਹਨਾਂ ਵੀ ਤੁਸੀਂ ਅਜੇ ਵੀ ਉਹਨਾਂ ਦੇ ਘਰ ਆਉਣ ਡਿਆ ਜੋ ਭਾਂ ਭਾਂ ਕੇ ਅਤੇ ਉਹਨਾਂ ਦਾ ਨੁਕਸਾਨ ਤੋਂ ਹਾਂ ਬੜਾ ਕਰ ਦਿੱਤਾ ਆ ਕੀ ਮੰਗ ਕਰਦੇ ਜੀ ਤੁਸੀਂ ਹੁਣ ਕੀਤਾ ਹੋਵੇ ਸਾਡੀ ਸੁਣਵਾਈ ਹੋਵੇ ਜਿਨ੍ਹਾਂ ਦਾ ਉਹਨਾਂ ਕੀਤਾ ਉਹਨਾਂ ਦਾ ਮੇਰਾ ਨਾਂ ਗੁਰਲਾਲ ਸਿੰਘ ਜੀ ਹਾਂਜੀ ਹਾਂਜੀ ਕਿਹੜਾ ਪਿੰਡ ਪਿੰਡ ਠੱਠਾ ਜੀ ਇਹ ਕੀ ਗੱਲ ਹੋਈ ਜਿਹੜੀ ਰਾਤੀ ਹੋਈ ਤੁਹਾਡੇ ਨਾਲ ਇਹ ਭਾਜੀ ਅਸੀਂ ਤੇ ਆਉਂਦੇ ਆ ਸੜਕ ਵੱਲੋਂ ਉਧਰੋਂ ਤੁਰੇ ਆਉਂਦੇ ਆ ਦੋਵੇਂ ਭਰਾ
ਤੇ ਅਸੀਂ ਆਉਂਦੇ ਆਉਂਦੇ ਇਹਨਾਂ ਸਾਨੂੰ ਰਸਤੇ 'ਚ ਆ ਕੇ ਕੁੱਟ ਮਾਰ ਕੀਤੀ ਆ ਅਤੇ ਬਾਕੀ ਅਸੀਂ ਭੱਜ ਕੇ ਬਚੇ ਹਾਂ। ਅਸੀਂ ਆਪਣੇ ਤਾਏ ਦੇ ਪੁੱਤ ਦੇ ਘਰ ਵੜੇ ਹਾਂ ਭੱਜ ਕੇ, ਅਤੇ ਬਾਕੀ ਇਹ ਉੱਧਰੋਂ ਅਸੀਂ ਘਰ ਵੜੇ ਹਾਂ ਅਤੇ ਇਹਨਾਂ ਉੱਧਰੋਂ 10-20 ਜਣੇ ਆਏ ਆ ਇਕੱਠ ਕਰਕੇ, ਇਹਨਾਂ ਸਾਨੂੰ ਉੱਥੇ ਉਹਨਾਂ ਦੇ ਘਰਾਂ ਸੱਟਾਂ ਸੁੱਟਾਂ ਲਾਈਆਂ, ਹੋਰ ਵੀ ਇਹਨਾਂ ਬਹੁਤ ਨੁਕਸਾਨ ਕੀਤਾ ਆ। ਦਾਤਰ ਕਿਰਪਾਨਾਂ ਤਰਸੂਲ ਇਹਨਾਂ ਵਾਹਵਾ ਹੀ ਹਥਿਆਰ ਇਹ ਲਈ ਫਿਰਦੇ ਸੀ, ਅਤੇ ਬਾਕੀ ਅਸੀਂ ਦੋ ਭਰਾ ਸਾਨੂੰ ਇਹਨਾਂ ਭੱਜਣ ਦਾ ਮੌਕਾ ਵੀ ਨਹੀਂ ਦਿੱਤਾ ਇਹਨਾਂ ਤੁਹਾਡੇ ਕਿੱਥੇ ਕਿੱਥੇ ਸੱਟ ਲੱਗੀ? ਹਾਂਜੀ ਮੇਰੇ ਤਾਂ ਬਾਂਹ 'ਤੇ ਲੱਗੀ ਜੇ, ਬਾਂਹ 'ਤੇ ਆ ਅਤੇ ਆਹ ਮੋਹਰਾਂ 'ਚ ਆ। ਅੱਛਾ। ਹਾਂਜੀ ਭਰਾ ਦੇ ਆ ਲੱਤ 'ਤੇ ਅਤੇ ਲੱਕ ਲੁੱਕ 'ਚ ਆ ਜੀ। ਹੁਣ ਤੁਸੀਂ ਕਿੱਥੇ ਜੇ? ਹਾਂਜੀ ਹੁਣ ਤਾਂ ਅਸੀਂ ਹਸਪਤਾਲ 'ਚ ਹਾਂ ਜੀ। ਹਾਂਜੀ ਅਤੇ ਪੁਲਿਸ ਆਈ ਰਾਤੀ? ਪੁਲਿਸ ਉੱਥੇ ਆਈ ਸੀ ਜੀ ਘਰ, ਮੌਕਾ ਵੇਖ ਕੇ ਗਈ ਆ ਜੀ। ਕੋਈ ਉਹਨਾਂ ਦਾ ਨੁਕਸਾਨ ਵੀ ਆ? ਹਾਂਜੀ ਨੁਕਸਾਨ ਉਹਨਾਂ ਦਾ ਨਹੀਂ ਜੀ, ਕੋਈ ਵੀ ਹੋਇਆ ਨਹੀਂ ਉਹਨਾਂ ਦਾ। ਹਾਂਜੀ ਉਹਨਾਂ ਦਾ ਨੁਕਸਾਨ ਹੋਇਆ, ਗੱਡੀ ਭੰਨੀ ਆ, ਹੋਰ ਵੀ ਬਹੁਤ ਨੁਕਸਾਨ ਹੋਇਆ। ਇੱਟ ਰੋੜਾ ਬੜਾ ਚਲਾਇਆ ਜੀ ਉਹਨਾਂ, ਪਾਣੀ ਵਾਲੀ ਟੈਂਕੀ ਬਹੁਤ ਤੋੜ ਤਾੜ ਕੇ ਸੁੱਟਤੀ ਉਹ ਵੀ। ਮੁੰਡੇ ਉਹਨਾਂ ਦੇ ਬੜੀ ਸੱਟਾਂ ਲਾਈਆਂ, ਹਰਪਾਲ ਵੀਰ ਨੂੰ ਵੀ ਸੱਟਾਂ ਸੁੱਟਾਂ ਲਾ ਤੀਆਂ। ਕੀ ਮੰਗ ਕਰਦੇ ਜੀ? ਹਾਂਜੀ ਕੀ ਮੰਗ ਕਰਦੇ ਜੀ? ਮੰਗ ਇਹੋ ਕਰਦੇ ਹਾਂ ਜੀ ਸਾਡਾ ਇਨਸਾਫ ਹੋਣਾ ਚਾਹੀਦਾ। ਪਿੰਡ 'ਚ ਐਡਾ ਵਿਵਾਦ ਪੈਦਾ ਹੋਇਆ ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਜੀ? ਇਹ ਜੀ ਤਕਰੀਬਨ ਪਿਛਲੇ 3 ਮਹੀਨੇ ਤੋਂ ਮਸਲਾ ਚੱਲਦਾ ਪਿਆ ਵਾ। ਸਾਬਕਾ ਪੰਚਾਇਤ, ਮੌਜੂਦਾ ਪੰਚਾਇਤ, ਕਿਸਾਨ ਯੂਨੀਅਨ ਦੇ ਆਗੂ ਸਾਰੇ ਮਤਲਬ ਇਹ ਫੈਸਲੇ ਦੇ ਵਿੱਚ ਕਰਵਾ ਰਹੇ ਫੈਸਲਾ, ਪਰ ਇਹ ਜਿਹੜੇ ਪਰਿਵਾਰ ਨੇ ਟਸ ਤੋਂ ਮਾਸੀ ਨਹੀਂ ਹੋਈ ਸਾਰੀ, ਮਤਲਬ ਕੰਧ ਜਿਹੜੀ ਆ ਪਿਛਲੇ ਪਰਿਵਾਰ ਜਿਹੜੇ ਨੇ ਗੁਰਦਿਆਲ ਸਿੰਘ ਦਾ ਅਤੇ ਬੂਟਾ ਸਿੰਘ ਦਾ, ਇਹ ਪਰਿਵਾਰ ਜਿਹੜੇ ਮਤਲਬ ਇੱਥੇ ਨਹੀਂ ਸੀ। ਉਸ ਤੋਂ ਬਾਅਦ ਇਹਨੇ ਸਰਕਾਰੀ 1995 ਦੀਆਂ ਇੱਟਾਂ ਲੱਗੀਆਂ ਨੇ, ਪਾਈਪਲਾਈਨ ਪਈ ਆ ਟੈਂਕੀ ਦੇ ਮਤਲਬ ਪਾਣੀ ਦੀ ਵਾਟਰ ਸਪਲਾਈ ਦੀ ਪਾਈਪਲਾਈਨ ਪਈ ਆ। ਇਹਨੇ ਮਤਲਬ ਉਸ ਟਾਈਮ ਇਹਨੇ ਮਤਲਬ ਡੱਕ ਕੇ ਕੰਧ ਆਪਣੀ ਕਰਤੀ ਅੱਗੇ ਕੰਧ ਕਰਤੀ ਆ। ਕੋਈ ਮਤਲਬ ਬੱਚੇ ਛੋਟੇ ਛੋਟੇ ਬੱਚੇ ਆ ਉਹ ਨਹੀਂ ਮਤਲਬ ਬੱਚਾ ਕੋਈ ਕਰ ਬੋਲ ਸਕਦਾ, ਨਹੀਂ ਗੱਲ ਕਰ ਸਕਦਾ, ਪਰ ਇਹ ਬਹੁਤ ਜ਼ਿਆਦਾ ਧੱਕੇਸ਼ਾਹੀ ਹੋਈ ਆ। ਸੋ ਅਸੀਂ ਮਤਲਬ ਇਹ ਚਾਹੁੰਦੇ ਹਾਂ ਕਿ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ, ਪ੍ਰਸ਼ਾਸਨ ਵੀ ਹੁਣ ਇੱਥੇ ਆਇਆ ਸੀ ਸਾਰਾ ਮੌਕਾ ਵੇਖ ਕੇ ਗਏ ਨੇ, ਪਰ ਉਹ ਕਿਸੇ ਵੀ ਟਸ ਤੋਂ ਮਸ ਨਹੀਂ ਹੋਇਆ ਪਰਿਵਾਰ ਕੋਈ ਵੀ। ਅਸੀਂ ਬੇਨਤੀ ਕਰਦੇ ਹਾਂ ਕਿ ਪ੍ਰਸ਼ਾਸਨ ਨੂੰ ਵੀ ਕਰਦੇ ਹਾਂ, ਤੁਹਾਡੇ ਥਰੂ ਵੀ ਕਰਦੇ ਹਾਂ, ਅਫਸਰਾਂ ਨੂੰ ਵੀ ਕਰਦੇ ਹਾਂ ਕਿ ਜੋ ਸੱਚ ਆ ਸੱਚ ਨਾਲ ਪਹਿਰਾ ਦਿੱਤਾ ਜਾਵੇ। ਜੋ ਪਿਛਲੇ ਪਰਿਵਾਰ ਨੇ ਜਿਨ੍ਹਾਂ ਦੀਆਂ ਗੱਡੀਆਂ ਘਰ ਲੱਗੀਆਂ ਨੇ ਪਰਿਵਾਰ ਦੀਆਂ, ਤਕਰੀਬਨ ਮਤਲਬ ਬਜ਼ੁਰਗ ਜਿਹੜੇ ਆ ਉਹ ਗੁਰਦੁਆਰਾ ਸਾਹਿਬ ਰਹਿੰਦੇ ਨੇ, ਦੋ ਤਿੰਨ ਸੰਦ ਟਰਾਲੀਆਂ ਟਰੈਕਟਰ ਸਾਰੇ ਘਰ ਲੱਗੇ ਨੇ, ਕੋਈ ਰਸਤਾ ਹੋਰ ਨਹੀਂ ਗਾ। ਬੱਚੇ ਜਿਹੜੇ ਆ ਵੱਟਾਂ ਥਣੀ ਸੱਪ ਲੜਾ ਲੜਾ ਕੇ ਜਾਂਦੇ ਨੇ ਗੁਰਦੁਆਰੇ, ਮਤਲਬ 2-3 ਵਾਰੀ ਬਿਜਲੀ ਵੀ ਉਹਨਾਂ ਨੂੰ ਪਈ ਆ। ਅਤੇ ਇੰਨਾ ਚਿਰ ਹੋ ਗਿਆ ਵਾ, ਪਿੰਡ ਵਾਸੀ ਦਾ ਵਾਸ ਆ, ਇੰਨੀ ਜਨਤਾ ਵੀ ਆ, ਉਹਨਾਂ ਖਿਲਾਫ਼ ਕੋਈ ਨਹੀਂ ਹੱਕ 'ਚ ਬੋਲਿਆ ਪਿੰਡ ਦਾ? ਸਾਰਾ ਪਿੰਡ ਹੀ ਬੋਲਦਾ ਪਿਆ ਵਾ, ਪਰ ਧੱਕੇ ਇਨਸਾਫ਼ ਕਿਉਂ ਨਹੀਂ ਮਿਲਦਾ ਉਹਨਾਂ ਨੂੰ? ਇਨਸਾਫ਼ ਬਸ ਜਿੱਦਬਾਜ਼ੀਆਂ ਜੀ, ਇਹਨਾਂ ਦੀਆਂ ਪਰਿਵਾਰ ਦੀਆਂ ਜਿੱਦਬਾਜ਼ੀਆਂ ਚੱਲਦੀਆਂ ਪਈਆਂ ਨੇ, ਕੋਈ ਮਤਲਬ ਮਸਲਾ ਨਹੀਂ ਹੈਗਾ ਪਰਿਵਾਰ ਦਾ। ਜੇ ਕੋਈ ਕੰਮ ਬਣਦਾ ਹੀ ਨਹੀਂ 100%, ਕਿਉਂਕਿ ਪੁਰਾਣੇ ਬਜ਼ੁਰਗਾਂ ਨੇ ਕਾਰਟ ਇੱਕ ਦੂਜੇ ਨੂੰ ਦੇ ਕੇ ਰਸਤੇ ਚਾਲੂ ਕਰਵਾਏ ਨੇ, ਕੋਈ ਇਹਨਾਂ ਦਾ ਮਤਲਬ ਇੱਕ ਦੂਜੇ ਦਾ ਲੈਣਾ ਦੇਣਾ ਨਹੀਂ ਹੈਗਾ। ਪਰ ਫਿਰ ਵੀ ਪਰਿਵਾਰ ਕਹਿ ਰਿਹਾ ਕਿ ਅਸੀਂ ਮਤਲਬ 2-4 ਮਰਲੇ ਥਾਂ ਜਿਹੜਾ ਵਾ ਦੇਣ ਨੂੰ ਤਿਆਰ ਹਾਂ, ਪਰ ਇਹ ਜਿਹੜੀ ਬੀਬੀ ਹੈ ਟਸ ਤੋਂ ਮਸ ਨਹੀਂ ਹੋਈ। ਯੂਨੀਅਨ ਵੀ ਇਕੱਠੀਆਂ ਹੋਈਆਂ, ਕਿਸਾਨ ਯੂਨੀਅਨ ਵਾਲੀਆਂ ਵੀ, ਉਹ ਮਤਲਬ ਲੋਕਾਂ ਦੇ ਧੱਕੇਸ਼ਾਹੀ ਹੁੰਦੇ ਤੇ ਬੁਲੰਦ ਹੋ ਕੇ ਅੱਗੇ ਖਲੋਂਦੇ ਆ, ਅਤੇ ਅੱਜ ਜਿਹੜਾ ਇੰਨਾ ਵੱਡਾ ਵਾਦ ਹੈ ਸਾਰਿਆਂ ਦੇ ਨੌਲੇਜ 'ਚ, ਹੁਣ ਇਹ ਮਸਲਾ ਜਿਹੜਾ ਵਾ ਸਾਰੇ ਅਫਸਰਾਂ ਦੇ ਪ੍ਰਸ਼ਾਸਨ ਦੇ ਧਿਆਨ 'ਚ ਲਿਆਂਦਾ ਜਾ ਚੁੱਕਾ ਵਾ। ਸਾਰਾ ਪ੍ਰਸ਼ਾਸਨ ਜਿਹੜਾ ਵਾ ਮਤਲਬ ਇਹ ਮੌਕਾ ਵੇਖ ਗਿਆ ਵਾ, ਜੋ ਕਾਨੂੰਨੀ ਕਾਰਵਾਈ ਉਹ ਕਹੀਂ ਸਾਰਾ ਨਗਰ ਜੇ ਇਨਸਾਫ਼ ਨਾ ਮਿਲਿਆ ਤੁਹਾਡੇ ਵੱਲੋਂ, ਆਪ ਆਗੂ ਮਿਆਦੀਆਂ ਵੱਲੋਂ ਤੁਹਾਡੇ ਵੱਲੋਂ ਕੀ ਮਤਲਬ ਅਗਲਾ ਕੀਤਾ ਜਾਊਗਾ? ਜੋ ਇਨਸਾਫ਼ ਬਣਦਾ ਉਹ ਦਵਾਵਾਂਗੇ, ਕੋਸ਼ਿਸ਼ ਕਰਾਂਗੇ ਦਵਾਉਣ ਦੀ, ਕਿਸੇ ਨਾਲ ਧੱਕਾ ਨਹੀਂ ਹੋਊਗਾ। ਜੇ ਬੇਬੀ ਦਾ ਕੋਈ ਹੱਕ ਬਣਦਾ ਹੋਊਗਾ ਉਹਨੂੰ ਵੀ ਦਵਾਇਆ ਜਾਊਗਾ। ਜੇ ਇੱਧਰ ਕੋਈ ਮਤਲਬ ਇਹਨਾਂ ਦਾ ਜੋ ਹੱਕ ਹੈ ਰਸਤੇ ਦਾ ਰਸਤਾ, ਕਿਉਂਕਿ ਘਰਾਂ ਨੂੰ ਹੋਰ ਕਿਸੇ ਪਾਸਿਓਂ ਰਸਤਾ ਨਹੀਂ ਹੈਗਾ, ਅਸੀਂ ਹੋਰ ਜ਼ੋਰ ਕੋਸ਼ਿਸ਼ ਕਰਾਂਗੇ ਰਸਤਾ ਦਵਾਉਣ ਦੀ। ਵੀਡੀਓ ਮਹਿਕਮੇ ਨੂੰ ਵੀ ਆਪਣੇ ਬਲਾਕ 'ਚ ਕੋਈ ਦਰਖਾਸਤ ਦਿੱਤੀ ਗਈ ਜਿਵੇਂ ਕੋਈ ਇੱਟਾਂ ਪੁੱਟੀਆਂ ਗਈਆਂ ਸਰਕਾਰੀ? ਹਾਂਜੀ ਹਾਂਜੀ ਉਹਨਾਂ ਨੂੰ ਵੀ ਦੇਵਾਂਗੇ ਜੀ। ਇਹ ਸਭ ਸਾਰਾ ਜੀ ਫੈਸਲਾ ਸਾਰੀ ਪੰਚਾਇਤ ਦੇ ਧਿਆਨ ਦੇ ਵਿੱਚ ਸੀ, ਸਾਰੇ ਮਤਲਬ ਕਿ ਫੈਸਲਾ ਹੋ ਜਾਣਾ ਚਲੋ ਪਰਿਵਾਰ ਦੇ ਵਿੱਚ, ਪਰ ਅੱਜ ਜਿਹੜਾ ਨਿਸ਼ਾਨ ਸਿੰਘ ਤੁਹਾਡਾ ਦਵਾਂ ਧਿਰਾਂ ਦਾ ਜਿਹੜਾ ਚੱਲਣ ਦਿਆ ਵਿਵਾਦ, ਕੀ ਮਸਲਾ ਹੈ? ਇਹ ਮਸਲਾ ਜੀ ਦਾਦੇ ਪੜਦਾਦੇ ਦੀ ਜ਼ਮੀਨ ਆ, ਜਿਵੇਂ ਆਪਾਂ 3 ਭਰਾ ਹੁੰਦੇ ਹਾਂ ਅਤੇ 4 ਭਰਾ ਹੁੰਦੇ ਹਾਂ, ਆਪਾਂ ਗਾਂਹ ਪਰਿਵਾਰ ਵੱਡਾ ਹੁੰਦਾ ਜਾਂਦਾ ਅਤੇ ਤਿਉਂ ਤਿਉਂ ਬੱਚੇ ਆਪੋ ਆਪਣੇ ਸੈੱਟ ਕਰੀ ਜਾਂਦੇ ਹਾਂ। ਇਹ ਬਜ਼ੁਰਗਾਂ ਨੇ ਆਪੋ ਆਪਣੇ ਬੱਚਿਆਂ ਨੂੰ ਰਸਤਾ ਛੱਡਿਆ ਸੀ, ਮਗਰ ਗੁਰਦਿਆਲ ਸਿੰਘ ਦੇ ਮੁਖਤਾਰ ਸਿੰਘ ਦਾ ਥਾਂ ਸੀ। ਹਾਂਜੀ ਇੱਕ ਦੂਜੇ ਦਾ ਬੂਟਾ ਸਿੰਘ ਆ ਉਹ ਵੀ ਬਾਹਰ ਆ। ਇਹ ਜਿਹੜੇ ਮਨਜੀਤ ਕੌਰ ਆ ਲਾਗੇ, ਇਹਦਾ ਘਰ ਆ ਐਂਡ 'ਤੇ। ਇਹ 1995 ਦੀਆਂ ਇੱਟਾਂ ਲੱਗੀਆਂ, ਮਤਾ ਪਾ ਕੇ ਉਦੋਂ ਕਾਂਗਰਸ ਸਰਕਾਰ ਸੀ, ਪਰਮਿੰਦਰ ਭੱਠੇ ਵਾਲਾ ਮੰਤਰੀ ਸੀ,
कश्मीर सिंह कक्कड़ जिहड़ा जिला प्रशासन मैंबर से ते प्रबंधक जिहड़ा बास सिंह बच्ची पिंड से इट्टां सरकारी लगी। हाँ जी इट्टां सरकारी लगी। उस तों बाद जी 17 16 दे विच इहदे थले जिहड़ी वाटर सप्लाई की लाइन भी पई आ सरकारी। हाँ जी 17 जी जदों काली सरकार आई आ उदों वीर सिंह आण के आप इट्टां ला के गया फिर दुबारे इन्हां इट्टां दे इन्होंने हूँ अंग्रेज सिंह चानन सिंह इन्होंने बीबी मनजीत कौर उन्होंने नाल सहमत आ उन्होंने राह रातपुर का 11 फुट का राह 7 फुट इट्टा लगियां 4 फुट नाल कच्चा तो उन्होंने 3 महीने हो गया जी सारे वो संद उन्होंने घर लगे जाके वे सारे गड्डिया घर लगियां माँ प्यो उन्हों का बजुर्ग आ बहों फड़ के रामटाली साहब छड आते 2-3 दिन ही लियाँदे आ 2-3 दिन इतने रेंदे फिर उत्थे छड आते बच्चे स्कूल जाने तो तंग आ मौजूदा पंचायत सारी जिनी मौजूदा पंचायत होने वाली सबका पंचायत इतने जोर ला रहे किसी न्याय नहीं दिता। हाँ जी अज भी SHO आया सी हूँ भी मौजूदा मोहतबर किसान यूनियन वाले बच्ची पिंड तो सारे मोहतबर आए आ सारे जोर लाया भी जो भी मसला आ थान तेनों बीबा चाहिए कोई भी थान देने तैयार आ पर नहीं वो टस तो मस नहीं होंदे कोई इंसाफ नहीं मिलिया कोई इंसाफ नहीं जी धक्केशाही शराशारी धक्केशाही है जी। इत्थे इक होर गल है जदों अज तो 3 महीने पहलों कंध कराती उदों नूं कितना ना कराती उदों इदां कराई सी जी उदों इत्थे नहीं सी हैगे घर वाले तो ना ही थोड़ा डकनी हड गवांड ने इहदा इक्को इक्को बच्चा ही छोड़ा जिहा इह आपणे नाल सवरे गया सी जिहड़ा बूटा सिंह है जिहदा पिछे घर सी साहब सिंह सवरे गया सी उहदी सस दाखल सी उह ते भिक्की पिंड सी बच्चे स्कूल जान तो आतर होए फिरदे आ बाहों फड़ फड़ के वट्टां तों बच्चे लंघाउंदे आ अज भी SHO साहब आया कोई पुलिस की सुनवाई भी नहीं की भी किसी की अहीं मान लईए मोहतबरां की मान लईए SHO आया मौके का अफसर आ भी न्याय दिंदा उन्हें भी सारे न्याय की भरोसा दे के गए उन्हें भरोसा यो दिता भी तुहाडा राह खुल जाएगा। अच्छा हाँ जी उन्हें भी जिहड़ा गलत है उत्ते कानूनी कार्रवाई की जाओ इंसाफ मंग करते भरा सारे सानू वह भी ओह जी भी राह खुलना चाहिए तो राह दे विच कोई इहो जी